ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡਾ ਆਪਣਾ ਰঞ্জੀਤ ਸਿੰਘ ਖਿਡਾਰੀ ਕੋਚ ਤੰਦੋਈ ਗਰਾਊਂਡ ਅੱਜ ਉਹਨਾਂ ਐਥਲੀਟਾਂ ਵਾਸਤੇ ਇਹ ਵੀਡੀਓ ਬਹੁਤ ਖਾਸ ਹੈ ਜਿਨ੍ਹਾਂ ਨੂੰ ਸਾਡੀ ਬਹੁਤ ਦਿੱਕਤ ਹੈ ਸਾਹ ਉਹ ਚੜਦਾ ਇਸ ਟਾਈਮ ਨੇ ਦੀ ਬਹੁਤ ਪ੍ਰੋਬਲਮ ਹੈ ਉਹਨਾਂ ਵਾਸਤੇ ਵੀਡੀਓ ਬਹੁਤ ਖਾਸ ਹੈ ਤੁਸੀਂ ਐਂਡ ਤੱਕ ਵੀਡੀਓ ਵੇਖਣਾ ਅਤੇ ਐਂਡ ਤੱਕ ਸੁਣਨਾ ਕਿਉਂਕਿ 200 ਮੀਟਰ ਰੈਪਲਿੰਗ ਸਾਰੇ ਥਲੀਟ ਲਾਉਂਦੇ ਆ ਬਟ ਇਹਦੇ ਵਿੱਚ ਲਾਉਣ ਦਾ ਤਰੀਕਾ ਥੋੜਾ ਜਿਹਾ ਅਸੀਂ ਚੇਂਜ ਕੀਤਾ ਆ ਸਪ੍ਰਿੰਟਰ ਜਿਹੜੇ ਆ ਉਹ 10 ਰੈਪੀਟੀਸ਼ਨ ਘੱਟ ਤੋਂ ਘੱਟ ਲਾਉਣ ਮਿਡਲ ਲਿਸੈਂਸ 16 ਰੈਪੀਟੀਸ਼ਨ ਲਾਉਣ ਬਟ ਰੈਸਟ ਨੂੰ ਜੋ ਚੇਂਜ ਕੀਤਾ ਗਿਆ ਆ ਤੁਸੀਂ ਜਿਹੜੇ ਸਪ੍ਰਿੰਟਰ ਆ ਪੰਜ-ਪੰਜ ਦੇ ਦੋ ਸੈੱਟ ਲਾਉਣੇ ਆ ਪਰ ਜੋ ਤੁਸੀਂ ਲਾਉਣੇ ਆ ਉਹਦੇ ਵਿੱਚ ਤੁਸੀਂ 30 ਸਕੰਡ ਦੀ ਰੈਸਟ ਲੈ ਕੇ ਲਾਉਣਾ ਰੈਪੀਟੀਸ਼ਨ ਜਿੱਦਾਂ 200 ਮੀਟਰ ਲਾਈ ਨਾਲ 30 ਸਕੰਡ ਰੈਸਟ ਫਿਰ 200 ਮੀਟਰ ਲਾਉਣੀ ਐ ਇਦਾਂ ਪੰਜ ਲਾਉਣੇ ਫਿਰ ਸੈੱਟ ਰੈਸਟ ਨੂੰ 10-12 ਮਿੰਟ ਲੈ ਲੈਣੀ ਇਦਾਂ ਮਿਡਲ ਲਿਸੈਂਸ ਵਾਲੇ 16 ਰੈਪੀਟੀਸ਼ਨ 8-8 ਦੇ ਦੋ ਸੈੱਟ ਇੱਕ ਲਾਉਣੀ ਐ 30 ਸਕੰਡ ਰੈਸਟ ਫਿਰ ਦੂਸਰੀ 30 ਅਠ ਇਦਾਂ ਲਗਾਤਾਰ ਉਹਨੇ ਸੈਟ ਲੈ ਤੁਸੀਂ 10-12 ਮਿੰਟ ਲੈ ਲਏ। ਇਸ ਤੋਂ ਬਾਅਦ ਜਿਹੜੇ ਥ੍ਰੀਟ ਬਹੁਤ ਵਧੀਆ ਲੈਵਲ ਜਿੰਨਾਂ ਦਾ ਉੱਪਰ ਆ ਉਹ ਆਪਣੀ ਰੈਸਟ ਪੀਰੀਓਡ ਨੂੰ ਘਟਾ ਸਕਦੇ ਆ। ਉਹ ਜਿਵੇਂ ਰੈਸਟ ਘਟਾ ਕੇ ਤਾਂ ਆਪਣਾ ਉਹ ਲਾਉਣਗੇ ਤਾਂ ਉਹਨਾਂ ਨੂੰ ਵੱਧ ਬੈਨੀਫਿਟ ਹੋਊਗਾ। ਇਸ ਤੋਂ ਬਾਅਦ ਇਹਦੇ ਵਿੱਚ ਇੱਕ ਧਿਆਨ ਰੱਖਣਾ ਕਿ ਤੁਸੀਂ ਮਤਲਬ ਆਪਣਾ ਜਿਹੜੀ ਸਪੀਡ ਆ ਉਹਨੂੰ ਬਹੁਤਾ ਸਲੋ ਨਹੀਂ ਰੱਖਣਾਗਾ। ਇੱਕ ਮਾੰਦਰੀ ਦੇ ਨਾਲ ਵਧੀਆ ਸਪੀਡ ਤੇ ਤੁਸੀਂ ਕਰਨਾ ਆ ਜਿੱਥੇ ਸਾਹ ਚੜੇ ਉਤਰੇ ਉੱਥੇ ਇੰਡੋਰਸ ਡਵੈਲਪ ਹੁੰਦੀ। ਜੇਕਰ ਸਰੀਰ ਨੂੰ ਕੋ ਪਤਾ ਹੀ ਨਾ ਲੱਗਾ ਤਾਂ ਇੰਡੋਰਸ 12ਪ ਨਹੀਂ ਆਏਗੀ ਸਾਹ ਦਾ ਚੜਨਾ ਉਤਰਨ ਦੇ ਨਾਲ ਹੀ ਇੰਡੋਰਸ ਦਾ ਲੈਵਲ ਜਿਹੜਾ ਵਧੀਆ ਹੁੰਦਾ ਹੈ ਇਹਦੇ ਵਿੱਚ ਤੁਸੀਂ ਜਿੱਦਾਂ ਮਤਲਬ ਕੋਸ਼ਿਸ਼ ਕਰਨੀ ਕਿ ਇੱਕ ਪੇਸ ਦੇ ਉੱਤੇ ਮਤਲਬ ਜਿੱਦਾਂ 25 ਸੈਕਿੰਡ 26 ਸੈਕਿੰਡ ਲੜਕੀਆਂ ਲਾ ਰਹੀਆਂ ਤਾਂ ਉਹ ਪੰਜ ਰੈਪੜੀ ਜਿਹੜੇ ਲਾਉਣੇ ਉਸੇ ਪੇਸ ਤੇ ਲਾਉਣੇ ਆ ਮਤਲਬ ਉਹ ਕੋਸ਼ਿਸ਼ ਕਰਨੀ ਤੁਸੀਂ ਕਿ ਇਹ ਮਤਲਬ ਪੇਸ ਜਿਹੜੀ ਹੈ ਉਸੇ ਰਫ ਸੈਟ ਰੈਸ਼ ਕਰਕੇ ਫੇਰ ਕੋਸ਼ਿਸ਼ ਕਰਨੀ ਹੈ ਕਿ ਉਹ ਪੇਸ ਤੇ ਹੀ ਲਗਾਤਾਰ ਵਰਕ ਕਰੀਏ ਫੇਰ ਹਾਨੂੰ ਜਿਹੜੀ ਨੋਸਟ ਵਿੱਚ ਹੈਲਪ ਮਿਲ ਸਕਦੀ ਹੈ ਮੇਰੇ ਚੈਨਲ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਧੰਨਵਾਦ ਥੈਂਕਸ ਅ ਲੋਟ